ਮੈਂ ਪੂਰਾ ਦੁਕਾਨ ਤੇ ਜਾਂਦਾ ਸੀ ਚੀਜ਼ ਲੈਣ ਤੇ ਮੈਨੂੰ ਟੋਰਚਰ ਕਰਦਾ ਸੀ ਮੇਰੇ ਤੋਂ ਬਾਅਦ ਉਹ ਕਹਿੰਦਾ ਸੀ ਨਹੀਂ ਤੈਨੂੰ ਮੈਂ ਬਲੈਕਮੇਲ ਕਰਨਾ ਤੇ ਤੂੰ ਮੇਰਾ ਚਿੱਟਾ ਚੁੱਟਾ ਸ਼ਰਾਬ ਸ਼ੁਰੂ ਵੇਚ ਨਸ਼ਾ ਨੁਸ਼ਾ ਫਿਰ ਬਾਅਦ ਜਿਵੇਂ ਵੇਚਦਾ ਤੇ ਉਹਨੇ ਇੱਕ ਦਿਨ ਮੈਨੂੰ ਨਸ਼ਾ ਕਰਾਇਆ ਗਲਤ ਕੰਮ ਕੀਤੇ ਮੇਰੇ ਨਾਲ ਫੋਟੋਆਂ ਫੋਟੋਆਂ ਖਿੱਚ ਲਈਆਂ ਬਾਅਦ 'ਚ ਕਹਿੰਦਾ ਤੂੰ ਮੈਂ ਸਾਰੇ ਤੇਰੀ ਫੋਟੋ ਦਿਖਾ ਦੇਣੀ ਆ ਤੂੰ ਉਹ ਕਰ ਗੰਦੇ ਕੰਮ ਨਹੀਂ ਚਿੱਟਾ ਚੁੱਟਾ ਵੇਚ ਜਿੰਦਾ ਮੈਂ ਕਹਿੰਦਾ ਹੁੰਦਾ ਕਰ ਤੇ ਮੈਨੂੰ ਇੱਕ ਦਿਨ ਮੈਂ ਫਿਰ ਗਿਆ ਅਗਲੇ ਦਿਨ ਕਹਿੰਦਾ ਜਾ ਆਪਣੇ ਜਿੰਨੇ ਵੀ ਪੈਸੇ ਪਏ ਤੇ ਡੈਡੀ ਦੇ ਸਾਰੇ ਕੱਢ ਕੇ ਲੈ ਆ ਫਿਰ ਮੈਂ ਇੱਕ ਦਿਨ ਦੁਖੀ ਹੋ ਗਿਆ ਆਪਣੇ ਘਰਦਿਆਂ ਨੂੰ ਕਹਿ ਤਾ ਮੰਮੀ ਇਸ ਤਰ੍ਹਾਂ ਗੱਲ ਮੈਂ ਟੋਰਚਰ ਕਰਦਾ ਅਤੇ ਮੈਨੂੰ ਉਹ ਕਰਦਾ ਸੀ ਗੱਲਬਾਤ ਇਹੀ ਹੋਈ ਕਿ ਸਾਡਾ ਬੱਚਾ ਮੈਂ ਘਰ ਨਹੀਂ ਰਹਿੰਦੀ ਸੀ ਇਹਦਾ ਪਾਪਾ ਹੋਸਪਿਟਲ ਸੀ ਅਤੇ ਬੱਚੇ ਨੂੰ ਦੁਕਾਨ 'ਤੇ ਸਮਾਨ ਲੈਣ ਵੀ ਜਾਣਾ ਪੈਂਦਾ ਅਤੇ ਉਹ ਦੁਕਾਨਦਾਰ ਬੱਚੇ ਕੋਲ ਸਮਾਨ ਲੈਣ ਜਾਂਦੇ ਰਹੇ ਆ ਅਤੇ ਉਹਨਾਂ ਨੂੰ ਪਤਾ ਨਹੀਂ ਕੀ ਖਵਾ ਪਿਆ ਕੇ ਗਲਤ ਚੀਜ਼ਾਂ ਦੀ ਆਦਤਾਂ ਪਾਈਆਂ ਹਨ ਅਤੇ ਬੱਚੇ ਨੂੰ ਕਹਿੰਦਾ ਕਿ ਜੇ ਤੂੰ ਮੇਰਾ ਕਹਿਣਾ ਨਹੀਂ ਮੰਨੇਗਾ ਚਿੱਟਾ ਵਗੈਰਾ ਜੋ ਅੱਜ ਕੱਲ੍ਹ ਚੱਲ ਰਿਹਾ ਸਮਾਜ 'ਚ ਉਹਦਾ ਕਹਿੰਦਾ ਕਿ ਵੇਚੋ ਅਤੇ ਬੱਚੇ ਨੇ ਨਹੀਂ ਮਨਾ ਕੀਤਾ ਉਹਨੂੰ ਪਤਾ ਨਹੀਂ ਕੋਈ ਨਸ਼ਾ ਕਰਾ ਕੇ ਉਹਦੇ ਨਾਲ ਗਲਤ ਕੰਮ ਕਰਦਾ ਰਿਹਾ ਬੱਚੇ ਨਾਲ ਆਖਿਰ ਬੱਚੇ ਨੇ ਦੁਖੀ ਹੋ ਕੇ ਸਾਨੂੰ 4 ਤਰੀਕ ਨੂੰ ਘਰ ਦੱਸਿਆ ਫਿਰ ਅਸੀਂ ਉਹਦੇ 'ਤੇ ਕਾਰਵਾਈ ਪੁਲਿਸ ਦੇ ਅੱਗੇ ਇੱਥੋਂ ਦਾ ਇਹ ਮਾਮਲਾ ਹੈ ਜਿਹਦੇ ਵਿੱਚ ਇੱਕ ਬੱਚਾ ਹੈ 11 ਸਾਲ ਦਾ ਜਿਹਦਾ ਨਾਮ ਹੈਗਾ ਘਨੱਈਆ ਸੈਣੀ ਲੜਕਾ ਹੈ ਅਤੇ ਇਹਦੇ ਵੱਲੋਂ ਕੰਪਲੇਂਟ ਹੈ ਕਿ ਨਾਲ ਉਹਦੀ ਮਦਰ ਆਈ ਹੈ ਸੁਸ਼ਮਾ ਸੈਣੀ ਇਹਨਾਂ ਵੱਲੋਂ ਕੰਪਲੇਂਟ ਹੈ ਕਿ ਇਸ ਬੱਚੇ ਦੇ ਨਾਲ ਕੁਬੋਧ ਰਾਏ ਨਾਮ ਦਾ ਵਿਅਕਤੀ ਹੈ ਜਿਹੜਾ ਲਾਗੇ ਹੀ ਇਹਨਾਂ ਦੇ ਮੁਹੱਲੇ 'ਚ ਕਰਿਆਨੇ ਦੀ ਦੁਕਾਨ ਕਰਦਾ ਹੈ ਕਿ ਉਹਦੇ ਵੱਲੋਂ ਇਹਨਾਂ ਦੇ ਇਸ ਬੱਚੇ ਦੇ ਨਾਲ ਉਹਨੇ ਇੱਕ ਕਾਫੀ ਵਾਰੀ ਉਹਨੇ ਮਤਲਬ ਫੈਲੀ ਕੀਤੀ ਹੈ ਗੈਰ ਕੁਦਰਤੀ ਅਪਰਾਧ ਕੀਤਾ ਅਤੇ ਅਸੀਂ ਉਹਨਾਂ ਦੀ ਕੰਪਲੇਂਟ ਦੇ ਉੱਤੇ ਐਸਟੀਓ ਡਿਵੀਜ਼ਨ ਨੰਬਰ 2 ਉਹ ਜਿਹੜੇ ਆ ਜਿਹੜਾ ਉਹ ਕੇਸ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ 'ਚ ਲੈ ਰਹੇ ਹਾਂ ਜੋ ਅਸੀਂ 377 IPC ਅਤੇ ਨਾਲ ਪੋਸਕੋ ਐਕਟ ਦੇ ਤਹਿਤ ਅਸੀਂ ਜਿਹੜਾ ਰਜਿਸਟਰੇਸ਼ਨ ਕਰ ਰਹੇ ਹਾਂ ਅਤੇ 31 ਜਿਹੜੀ ਉਹ ਜਾਰੀ ਹੈ ਅਸੀਂ